ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਵਾਰ ਫਿਰ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਬਿਨਾਂ ਸ਼ਰਤ ਜ਼ਮੀਨ ਲੈਣ ਦੀ, ਵੋਟਰ ਬਣਨ ਦੀ ਔਰ ਸਰਕਾਰੀ ਨੌਕਰੀਆਂ ਦੀ ਆਗਿਆ ਨਹੀਂ ਹੋਣੀ ਚਾਹੀਦੀ, ਜਿਵੇਂ ਕਿ ਹਿਮਾਚਲ ਪ੍ਰਦੇਸ਼ ਨੇ ਇੱਕ ਕਾਨੂੰਨ ਬਣਾਇਆ, ਹੁਣ ਤਾਜ਼ਾ ਕਾਨੂੰਨ ਉੱਤਰਾਖੰਡ ਨੇ ਬਣਾਇਆ, ਗੁਜਰਾਤ ਵਿੱਚ ਪਹਿਲਾਂ ਹੀ ਸੀ, ਰਾਜਸਥਾਨ ਵਿੱਚ ਆਪਾਂ ਜ਼ਮੀਨ ਨਹੀਂ ਲੈ ਸਕਦੇ, ਅਤੇ ਪੰਜਾਬ ਵਿੱਚ ਇਹ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ, ਮੈਨੂੰ ਮੇਰੀ ਸਮਝ ਤੋਂ ਬਾਹਰ ਹੈ। ਜਿਹੜਾ ਮੈਂ ਬਿੱਲ ਪੇਸ਼ ਕੀਤਾ ਸੀਗਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਦਫ਼ਤਰ ਵਿੱਚ ਜਾ ਕੇ ਜਨਵਰੀ 2023, ਅੱਜ ਤਕਰੀਬਨ ਪੌਣੇ ਦੋ ਸਾਲ ਹੋਣ ਜਾ ਰਹੇ ਨੇ, ਆਹ ਮੈਨੂੰ ਚਿੱਠੀ ਆਈ ਉਹਨਾਂ ਦੀ ਇੱਕ ਜਵਾਬ ਵਿੱਚ 2 ਕੁ ਦਿਨ ਪਹਿਲਾਂ, ਅਤੇ ਉਹਨਾਂ ਨੇ ਕਹਿ ਦਿੱਤਾ ਜੀ ਇਹ ਜਿਹੜਾ ਤੁਹਾਡਾ ਬਿੱਲ ਸੀ ਇਹ ਅਸੀਂ ਭੇਜਤਾ ਵਾ ਡਿਪਾਰਟਮੈਂਟ ਆਫ ਰੈਵਨਿਊ ਰੀਹੈਬਲੀਟੇਸ਼ਨ ਡਿਜ਼ਾਸਟਰ ਮੈਨੇਜਮੈਂਟ ਪੰਜਾਬ ਵਿਦ ਰਿਗਾਰਡ ਟੂ ਫਾਈਨੈਂਸ਼ੀਅਲ ਐਸਪੈਕਟਸ ਇਨਵੋਲਵ ਇਨ ਦਾ ਬਿੱਲ। ਪੌਣੇ ਦੋ ਸਾਲ ਰੱਖਣ ਤੋਂ ਬਾਅਦ ਇਹ ਮੈਨੂੰ ਜਵਾਬ ਆ ਰਿਹਾ ਵਾ ਔਰ ਕਹਿ ਰਹੇ ਨੇ ਇਹਦੇ 'ਚ ਕੋਈ ਫਾਈਨੈਂਸ਼ੀਅਲ ਇੰਪਲੀਕੇਸ਼ਨ, ਇਹਦੇ ਤਾਂ ਉਲਟਾ ਅਗਰ ਕੋਈ ਕਾਨੂੰਨ ਬਣਾਵੇਗਾ ਤਾਂ ਇਹਦੇ ਤਾਂ ਆਮਦਨ ਹੋਵੇਗੀ ਪੰਜਾਬ ਨੂੰ। ਫਰਜ਼ ਕਰੋ ਕੋਈ ਪੰਜਾਬ ਦੇ ਵਿੱਚ ਸ਼ਰਤਾਂ ਪੂਰੀਆਂ ਕਰਕੇ ਕਾਨੂੰਨ ਦੇ ਹਿਸਾਬ ਨਾਲ ਕੋਈ ਜ਼ਮੀਨ ਲੈਂਦਾ, ਕੋਈ ਫਲੈਟ ਲੈਂਦਾ, ਕੋਈ ਕਿਸੇ ਤਰ੍ਹਾਂ ਦੀ ਵੀ ਇਨਵੈਸਟਮੈਂਟ ਕਰਦਾ, ਉਹਦੇ ਨਾਲ ਤਾਂ ਰੈਵਨਿਊ ਆਵੇਗੀ। ਸੋ ਇਸ ਕਰਕੇ ਇਸ ਬਹਾਨੇਸਾਜ਼ੀ ਕੀਤੀ ਜਾ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ। ਮੈਂ ਆਪਣੇ ਇਸ ਮੰਗ ਨੂੰ ਦੁਬਾਰਾ ਦੁਹਰਾਉਂਦਾ ਵਾਂ ਔਰ ਮੈਂ ਸਪੀਕਰ ਸਾਹਿਬ ਨੂੰ ਕਹਿੰਦਾ ਕਿ ਤੁਸੀਂ ਇਸ ਕਾਨੂੰਨ ਨੂੰ ਪੰਜਾਬ ਵਿੱਚ ਇੰਟਰੋਡਿਊਸ ਕਰਨ ਤੋਂ ਡਰਦੇ ਕਿਉਂ? ਤੁਸੀਂ ਇਸ ਕਾਨੂੰਨ ਨੂੰ ਪੰਜਾਬ ਦੀ ਵਿਧਾਨ ਸਭਾ 'ਚ ਲੈ ਕੇ ਆਓ ਔਰ 117 ਮੈਂਬਰ ਇਹਦੇ 'ਤੇ ਬਹਿਸ ਕਰਨ। ਅਗਰ ਇਸ ਬਹਿਸ ਤੋਂ ਬਾਅਦ MLA ਸਮਝਣ ਕੇ ਕਾਨੂੰਨ ਬਣਾਉਣ ਦੀ ਲੋੜ ਨਹੀਂ ਤਾਂ ਬੇਸ਼ੱਕ ਇਸ ਨੂੰ ਕਾਨੂੰਨ ਨੂੰ ਰੱਦ ਕੀਤਾ ਜਾਵੇ, ਲੇਕਿਨ ਬਿਨਾਂ ਬਹਿਸ ਤੋਂ ਪੌਣੇ ਦੋ ਸਾਲ ਤੋਂ ਤੁਸੀਂ ਮੇਰੀ ਇਸ ਮੰਗ ਨੂੰ ਜਿਹੜਾ ਲਟਕਾਇਆ ਤੁਸੀਂ ਪੰਜਾਬ ਨਾਲ ਧਰੋਕ ਮਾਰੇ ਔਰ ਇਹਦਾ ਕਾਰਨ ਸਪਸ਼ਟ ਆ ਕਿ ਪੰਜਾਬ ਕੇਵਲ ਪੰਜਾਬੀ ਸਪੀਕਿੰਗ ਸਟੇਟ ਸਾਰੇ ਦੇਸ਼ ਵਿੱਚ ਇੱਕ ਆ, ਸਿੱਖਾਂ ਦੇ ਕੋਲ ਆਪਣੀ ਜਿਹਨੂੰ ਕਹਿੰਦੇ ਹੋਮ ਸਟੇਟ ਕੇਵਲ ਇੱਕ ਆ ਔਰ ਸਾਡੀ ਜਿਹੜੀ ਓਰਿਜਨਲ ਪਾਪੂਲੇਸ਼ਨ ਆ ਉਹ ਪਿਛਲੇ ਕੁਛ ਦਹਾਕਿਆਂ ਤੋਂ ਨੌਕਰੀਆਂ ਨਾ ਮਿਲਣ ਕਰਕੇ, ਭਵਿੱਖ ਨਾ ਚੰਗਾ ਹੋਣ ਕਰਕੇ ਸਾਰੇ ਵਿਸ਼ਵ ਦੇ ਵਿੱਚ ਕੋਈ 60-70 ਲੱਖ ਜਿਹੜੀ ਆਬਾਦੀ ਸਾਡੀ ਜਾ ਚੁੱਕੀ ਹੈ ਔਰ ਇੱਥੇ ਪੰਜਾਬ ਦੇ ਵਿੱਚ ਬਿਨਾਂ ਕਿਸੇ ਸ਼ਰਤ ਤੋਂ, ਬਿਨਾਂ ਕਿਸੇ ਰਿਕਾਰਡ ਤੋਂ ਮੇਰੇ ਹਿਸਾਬ ਨਾਲ 60-70 ਲੱਖ ਪੰਜਾਬੀ ਗੈਰ ਪੰਜਾਬੀ ਪੰਜਾਬ ਦੇ ਵਿੱਚ ਆ ਚੁੱਕਾ। ਜਿਹੜਾ ਤਾਂ ਆ ਚੁੱਕਾ ਵਾ, ਜਿਹੜਾ ਵੋਟਰ ਬਣ ਗਿਆ, ਜਿਹਦੇ ਮਕਾਨ ਬਣਾ ਲਏ, ਅਸੀਂ ਉਹਦੇ ਖਿਲਾਫ਼ ਨਹੀਂ ਗਏ, ਲੇਕਿਨ ਘੱਟੋ ਘੱਟ ਭਵਿੱਖ 'ਚ ਆਪਾਂ ਆਪਣੇ ਪੰਜਾਬ ਦੀ ਹੋਂਦ, ਆਪਣੀ ਜਿਹੜੀ ਡੈਮੋਗ੍ਰਾਫਿਕ ਸਿਚੁਏਸ਼ਨ ਆ, ਆਬਾਦੀ ਦਾ ਸੰਤੁਲਨ ਆ, ਆਪਣੀ ਪਗੜੀ, ਆਪਣੀ ਪਹਿਚਾਣ, ਆਪਣੀ ਜ਼ੁਬਾਨ, ਆਪਣਾ ਸੱਭਿਆਚਾਰ, ਜੇ ਆਪਾਂ ਨਹੀਂ ਬਚਾਵਾਂਗੇ 117 ਇਲੈਕਟਡ MLAs ਤਾਂ ਫਿਰ ਕੌਣ ਬਚਾਵੇਗਾ? ਹੁਣ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕ ਮਤੇ ਪਾਉਣ ਲੱਗ ਗਏ ਪੰਚਾਇਤਾਂ, ਪੰਚਾਇਤਾਂ ਮਤੇ ਕਿਉਂ ਪਾਉਣ ਜਦ ਪੰਜਾਬ ਦੀ ਵਿਧਾਨ ਸਭਾ ਕੰਪੀਟੈਂਟ ਆ, ਅਸੀਂ ਲਾਅ ਮੇਕਰਸ ਹਾਂ, ਅਸੀਂ ਵਿਧਾਨਕਾਰ ਹਾਂ, ਅਸੀਂ ਕਾਨੂੰਨ ਕਿਉਂ ਨਹੀਂ ਬਣਾਉਂਦੇ ਅਤੇ ਲੋਕਾਂ ਨੂੰ ਇਸ ਝਮੇਲੇ 'ਚ ਕਿਉਂ ਪਾ ਰਹੇ ਹਾਂ? ਔਰ ਜਿਹੜਾ ਭਗਵੰਤ ਮਾਨ ਦੇ ਪਿਛਲੇ ਦਿਨਾਂ ਟਿੱਪਣੀ ਕੀਤੀ ਕਿ ਜੀ ਇਹ ਕਾਨੂੰਨ ਨਹੀਂ ਚਾਹੀਦਾ ਕਿਉਂਕਿ ਸਾਡੇ ਬੱਚੇ ਵੀ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਜਾ ਰਹੇ, ਮੈਂ ਬਿਲਕੁਲ ਭਗਵੰਤ ਮਾਨ ਨੂੰ ਇਹ ਕਹਿਣਾ ਚਾਹੁੰਦਾ ਕਿ ਇਹੀ ਤਾਂ ਮੈਂ ਕਹਿ ਰਿਹਾ ਵਾਂ ਕਿ ਆਪਣਾ ਬੱਚਾ ਜਿਹੜਾ ਕੈਨੇਡਾ ਜਾਂਦਾ ਉਹ PR ਜਾਂ ਵਰਕ ਪਰਮਿਟ ਜਾਂ ਸਿਟੀਜ਼ਨ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਬਣ ਸਕਦਾ? ਉੱਥੇ ਨਹੀਂ ਬਣ ਸਕਦਾ, ਉਹ ਤਾਂ ਬਲਕਿ ਉਲਟਾ 40-50 ਲੱਖ ਰੁਪਇਆ ਖਰਚ ਕੇ ਤਾਂ ਜਾ ਕੇ ਉੱਥੇ ਸਿਟੀਜ਼ਨ ਬਣਦੇ ਨੇ। ਔਰ ਹੋਇਆ ਕਿ ਸਾਡਾ ਪੰਜਾਬ ਦਾ ਉਹ ਕੀ ਕਹਿੰਦੇ ਬ੍ਰੇਨ ਡਰੇਨ ਔਰ ਇਕੋਨਮੀ ਡਰੇਨ, ਜਿਹੜਾ ਬੱਚਾ ਸਾਡਾ ਪੰਜਾਬ 'ਚੋਂ ਅਸੀਂ ਪਾਲਿਆ, ਅਸੀਂ ਪੜ੍ਹਾਇਆ, ਅਸੀਂ ਜਦੋਂ ਉਹ 20-21 ਸਾਲ ਦਾ ਹੋ ਗਿਆ ਉਹ ਕੈਨੇਡਾ ਚਲੇ ਗਿਆ, ਉਹਨਾਂ ਨੂੰ ਪਲਿਆ ਪੜਾਇਆ ਹਿਊਮਨ ਰਿਸੋਰਸ ਮਿਲ ਗਿਆ ਔਰ ਸਾਡਾ ਪੰਜਾਬ ਦਾ 40-50 ਲੱਖ ਰੁਪਇਆ ਲੈ ਗਿਆ। ਅਗਰ ਤੁਸੀਂ ਅੰਦਾਜ਼ਾ ਲਾ ਲਓ ਕਿ 1 ਲੱਖ ਬੱਚਾ ਵੀ ਜੇ ਹਰ ਸਾਲ ਜਾਵੇ ਵਿਦੇਸ਼ 'ਚ ਅਤੇ ਨਾਲ ਉਹ 25-30 ਲੱਖ ਰੁਪਇਆ ਨਾਲ ਲੈ ਕੇ ਜਾਵੇ ਤਾਂ ਕਿੰਨੇ ਅਰਬ ਰੁਪਈਆ ਪੰਜਾਬ ਦਾ ਜਿਹੜਾ ਹੈ ਉਹ ਵਿਦੇਸ਼ਾਂ ਵਿੱਚ ਜਾ ਰਿਹਾ। ਸੋ ਇਸ ਨੂੰ ਰੋਕਣ ਵਾਸਤੇ ਆਪਾਂ ਨੂੰ ਇੱਕ ਕਾਨੂੰਨ ਬਣਾਉਣਾ ਚਾਹੀਦਾ, ਜਿਵੇਂ ਕਿ ਹਿਮਾਚਲ ਪ੍ਰਦੇਸ਼ ਲੈਂਡ ਰਿਫੋਰਮਸ ਟੈਨੈਂਸੀ ਐਕਟ 1972, ਅੱਜ ਤੋਂ 50 ਸਾਲ ਪਹਿਲਾਂ ਉਹਨਾਂ ਦੇ ਮੁੱਖ ਮੰਤਰੀ ਡਾਕਟਰ YS ਪਰਮਾਰ
ਮੈਂ ਸਮਝਦਾ ਬੜੇ ਦੂਰਅੰਦੇਸ਼ੀ ਸੀਗੇ ਉਹਨਾਂ ਨੇ ਆਪਣੇ ਪੰਜਾ ਹਿਮਾਚਲੀਆਂ ਦੀ ਹੋਂਦ ਬਚਾ ਲਈ। ਫਰਜ਼ ਕਰੋ ਹਿਮਾਚਲ ਵਿੱਚ ਇਹ ਕਾਨੂੰਨ ਨਾ ਹੁੰਦਾ ਤਾਂ ਵਿਚਾਰੇ ਜਿਹੜੇ ਪੰਜ ਪੰਜ ਚਾਰ ਚਾਰ ਬਿੱਘਿਆਂ ਦੇ ਬਾਗਵਾਨ ਸੀਗੇ, ਮਾਲਕ ਸੀਗੇ, ਉਹਨਾਂ ਦੀਆਂ ਪ੍ਰੋਪਰਟੀਆਂ ਦਿੱਲੀ ਵਾਲਿਆਂ ਨੇ, ਬੰਬੇ ਵਾਲਿਆਂ ਨੇ, ਕੈਲਕਟਾ ਵਾਲਿਆਂ ਨੇ, ਅਮੀਰ ਆਦਮੀਆਂ ਨੇ ਆਣ ਕੇ ਖਰੀਦ ਲੈਣੇ ਸੀ ਔਰ ਉਹਨਾਂ ਹੀ ਬਾਗਵਾਨਾਂ ਨੂੰ ਹਿਮਾਚਲੀਆਂ ਨੂੰ ਆਪਣੇ ਬਾਗਾਂ ਵਿੱਚ ਨੌਕਰ ਬਣਾ ਲੈਣਾ ਸੀ। ਉਹੀ ਪੰਜਾਬ ਦੇ ਵਿੱਚ ਹੋ ਰਿਹਾ ਵਾ। ਔਰ ਇਸ ਤੋਂ ਇਲਾਵਾ ਸਾਡੀ ਸਰਕਾਰੀ ਨੌਕਰੀਆਂ, ਤੁਸੀਂ ਜਿਹੜਾ ਆਮ ਆਦਮੀ ਪਾਰਟੀ ਕਹਿੰਦੀ ਅਸੀਂ 40-45 ਹਜ਼ਾਰ ਜੋਬਸ ਦਿੱਤੀਆਂ, ਤੁਸੀਂ ਅਗਰ ਇਹਦਾ ਵਾਈਟ ਪੇਪਰ ਦੇਖੋ, ਛਾਇਆ ਕਰੇ ਸਰਕਾਰ, ਬਹੁਤ ਸਾਰੀਆਂ ਸਾਡੀਆਂ ਨੌਕਰੀਆਂ ਜਿਹੜੀਆਂ ਨੇ ਉਹ ਦਿੱਲੀ ਦੇ ਲੋਕ, ਰਾਜਸਥਾਨ ਦੇ ਲੋਕ ਔਰ ਹਰਿਆਣੇ ਦੇ ਲੈ ਗਏ, ਕਿਉਂਕਿ ਪੰਜਾਬ ਦੇ ਵਿੱਚ ਹਲੇ ਤੱਕ ਕੋਈ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਗਾ, ਕੋਈ ਡੋਮਿਸਾਈਲ ਲਾਉਣ ਦੀ ਕੋਈ ਸ਼ਰਤ ਨਹੀਂ ਗੀ, ਤਾਂ ਉਹਦਾ ਖਮਿਆਜ਼ਾ ਵੀ ਸਾਡੇ ਨੌਜਵਾਨ ਜਿਹੜੇ ਭੁਗਤਣੇ। ਪੰਜਾਬ ਵਿੱਚ ਕ੍ਰਾਈਮ ਬਹੁਤ ਹੋ ਰਿਹਾ, ਅਨਟਰੇਸ ਕ੍ਰਾਈਮ, ਜਿਹੜਾ ਬੰਦਾ ਗੈਰ ਪੰਜਾਬੀ ਇੱਥੇ ਬੈਠਾ, ਕੋਈ ਫਰਜ਼ ਕਰੋ ਕਿਸੇ 1000-2000 ਕਿਲੋਮੀਟਰ ਤੋਂ ਦੂਰ ਅਗਰ ਇੱਥੇ ਕਤਲ ਕਰਕੇ ਚਲੇ ਜਾਂਦਾ, ਉਹ ਆਪਣੇ ਸਟੇਟ ਵਿੱਚ ਕਿਹੜੀ ਪੁਲਿਸ ਲਾ ਕੇ ਲੱਭੇਗੀ? ਇਸ ਲਈ ਸੋਸ਼ਲ ਕੌਨਫਲਿਕਟ ਬਚਾਉਣ ਵਾਸਤੇ, ਕ੍ਰਾਈਮ ਬਚਾਉਣ ਵਾਸਤੇ, ਆਪਣੀ ਹੋਂਦ ਬਚਾਉਣ ਵਾਸਤੇ, ਆਪਣੀ ਜ਼ੁਬਾਨ ਬਚਾਉਣ ਵਾਸਤੇ, ਮੈਂ ਤੁਹਾਨੂੰ ਸਭ ਨੂੰ ਅਪੀਲ ਕਰੂੰਗਾ ਕਿ ਆਪਣੇ ਆਪਣੇ MLAs ਦੇ ਉੱਤੇ ਪ੍ਰੈਸ਼ਰ ਪਾਓ ਔਰ ਪੰਜਾਬੀਆਂ ਨੂੰ ਮੈਂ ਵਿਸ਼ੇਸ਼ ਤੌਰ 'ਤੇ ਪਿੰਡਾਂ 'ਚ ਅਪੀਲ ਕਰੂੰਗਾ, ਨੌਜਵਾਨਾਂ ਨੂੰ, ਸਾਰੇ ਵਰਗਾਂ ਦੇ ਲੋਕਾਂ ਨੂੰ ਕਿ ਘੱਟੋ ਘੱਟ ਸੋਸ਼ਲ ਮੀਡੀਆ ਦੇ ਉੱਤੇ ਆਣ ਕੇ ਪ੍ਰੈਸ਼ਰ ਬਣਾਓ, 1-1-2-2 ਮਿੰਟਸ ਦੀਆਂ ਵੀਡੀਓਜ਼ ਅਪਲੋਡ ਕਰੋ ਕਿ ਹਾਂ ਪੰਜਾਬ ਦੇ ਵਿੱਚ ਵੀ ਹਿਮਾਚਲ ਪ੍ਰਦੇਸ਼ ਦੀ ਤਰਜ਼ 'ਤੇ, ਗੁਜਰਾਤ ਦੀ ਤਰਜ਼ 'ਤੇ, ਉੱਤਰਾਖੰਡ ਦੀ ਤਰਜ਼ 'ਤੇ ਔਰ ਰਾਜਸਥਾਨ ਦੀ ਤਰਜ਼ 'ਤੇ ਪੰਜਾਬ ਦੇ ਵਿੱਚ ਵੀ ਇਹ ਕਾਨੂੰਨ ਬਣਾਉਣਾ ਲਾਜ਼ਮੀ ਹੈ। ਕੁਛ ਲੋਕ ਸਾਡੇ ਪਾਰਟੀਆਂ ਵਾਲੇ ਇਸ ਤਰ੍ਹਾਂ ਇਸ ਕਰਕੇ ਡਰਦੇ ਨੇ ਕਿ ਸ਼ਾਇਦ ਗੈਰ ਪੰਜਾਬੀ ਸਾਡੇ ਨਾਲ ਨਾਰਾਜ਼ ਹੋ ਜਾਣਗੇ, ਕਿ ਹਰ ਗੱਲ ਵੋਟ ਨਾਲ ਨਾਪੀ ਜਾਣੀ ਚਾਹੀਦੀ ਹੈ? ਸਾਡੇ ਆਪਣੇ ਪੰਜਾਬ ਦੇ ਸੂਬੇ ਦਾ ਕੋਈ ਭਵਿੱਖ ਨੇਗਾ, ਸਾਡੀ ਕੋਈ ਐਗਜ਼ਿਸਟੈਂਸ ਨੇਗੀ? ਵੋਟ ਇੱਕ ਸੈਕੰਡਰੀ ਇਸ਼ੂ ਆ। ਔਰ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਲੀਡਰ ਗੈਰ ਪੰਜਾਬੀਆਂ ਦੀ ਵੋਟਾਂ ਤੋਂ ਡਰਦੇ, ਜਿਸ ਦਿਨ ਪੰਜਾਬ ਵਾਲਿਆਂ ਨੇ ਵੋਟਾਂ ਬਣਾਉਣ ਮਨ ਬਣਾ ਲਿਆ ਕਿ ਅਸੀਂ ਇਹਨਾਂ ਲੀਡਰਾਂ ਨੂੰ ਵੋਟਾਂ ਨਹੀਂ ਪਾਉਣੀਆਂ, ਜਮਾਨਤਾਂ ਜ਼ਬਤ ਹੋਣਗੀਆਂ। ਸੋ ਮੇਰਾ ਇਸ਼ੂ ਇਹ ਬਰਕਰਾਰ ਆ, ਮੈਨੂੰ ਨਫ਼ਾ ਹੋਵੇ, ਮੈਨੂੰ ਨੁਕਸਾਨ ਹੋਵੇ, ਮੈਂ ਇਸ ਇਸ਼ੂ ਨੂੰ ਪਰਸੂ ਕਰਦੇ ਰਹਿਣਾ ਔਰ ਵਾਹਿਗੁਰੂ ਦੇ ਕਿਰਪਾ ਨਾਲ ਇਹ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਵਿੱਚ ਅਵਸ਼ ਬਣੇਗਾ। ਸਿਰਫ ਪੰਜਾਬ ਦੇ ਜ਼ੀਹੋਸ਼ ਲੋਕਾਂ ਦੀ, ਜਿਹੜੇ ਸਮਝਦਾਰ ਨੇ, ਜਿਹੜੇ ਬੁੱਧੀਜੀਵੀ ਨੇ, ਜਿਹੜੇ ਅਕਲਮੰਦ ਲੋਕ ਨੇ, ਮੈਂ ਉਹਨਾਂ ਨੂੰ ਅਪੀਲ ਕਰੂੰਗਾ ਕਿ ਇਸ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰੈਸ਼ਰ ਬਿਲਡਅਪ ਕਰੋ, ਕਿਉਂਕਿ ਹੋ ਸਕਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਭਗਵੰਤ ਮਾਨ ਅਤੇ ਕੁਲਤਾਰ ਸਿੰਘ ਮਾਨ ਚਾਹੁੰਦੇ ਵੀ ਹੋਣਗੇ ਕਿ ਕਾਨੂੰਨ ਲੈ ਕੇ ਆਉਣਾ, ਕਿਉਂਕਿ ਉਹਨਾਂ ਰਿਜੈਕਟ ਨਹੀਂ ਕੀਤਾ ਡਰਦਿਆਂ ਨੇ, ਤਾਂ ਉਹ ਨਹੀਂ ਲਿਆ ਸਕਦੇ ਕਿਉਂਕਿ ਇਹਨਾਂ ਨੂੰ ਚਲਾਉਣ ਵਾਲੇ ਪਿੱਛੇ ਬੈਠੇ ਨੇ ਦਿੱਲੀ ਦੇ, ਇਹਨਾਂ ਦੇ ਆਕਾ ਜਿਹੜੇ ਨੇ ਉਹ ਸ਼ਾਇਦ ਇਹਨਾਂ ਨੂੰ ਕਾਨੂੰਨ ਨਹੀਂ ਬਣਾਉਣ ਦੇਣ ਦੀ ਆਗਿਆ ਦੇਣਗੇ, ਕਿਉਂਕਿ ਉਹਨਾਂ ਨੂੰ ਸੂਟ ਕਰਦਾ ਕਿ ਜ਼ਿਆਦਾ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਗੈਰ ਪੰਜਾਬੀ ਆਉਣਗੇ ਅਤੇ ਸ਼ਾਇਦ ਸਾਡੀਆਂ ਜਿਹੜੀਆਂ ਵੋਟਾਂ ਮਿਲ। ਇਹਦੇ ਨਾਲ ਹੀ ਮੈਂ ਦੂਸਰਾ ਜਿਹੜਾ ਬਿੱਲ, ਮੇਰੇ ਦੋ ਬਿੱਲ ਸੀਗੇ, ਉਹ ਮੈਂ ਜਿਹੜਾ ਦਿੱਤਾ ਸੀਗਾ ਰਿਗਾਰਡਿੰਗ, ਉਹ ਇੱਕ ਦਿੱਤਾ ਸੀਗਾ ਕਿ ਪੰਜਾਬ ਟਰਮੀਨੇਸ਼ਨ ਆਫ ਪਾਵਰ ਪਰਚੇਜ ਐਗਰੀਮੈਂਟਸ PPAs, ਜਿਹੜੇ ਬਿਜਲੀ ਦੇ ਬਹੁਤ ਮਹਿੰਗੇ ਕਹਿੰਦੇ ਸੀ ਨਾ ਆਮ ਆਦਮੀ ਪਾਰਟੀ ਦੇ ਲੀਡਰ ਕਿ ਅਕਾਲੀਆਂ ਨੇ ਵੱਡੇ ਵੱਡੀਆਂ ਕੰਪਨੀਆਂ ਨਾਲ, ਥਰਮਲ ਪਲਾਂਟਾਂ ਨਾਲ ਮਹਿੰਗੇ ਪਾਵਰ ਪਰਚੇਜ ਐਗਰੀਮੈਂਟ ਕਰ ਰਹੇ ਨੇ, ਇਹਨਾਂ ਨੇ ਮੇਰਾ ਉਹ ਵੀ ਰੱਦ ਕਰ ਦਿੱਤਾ, ਉੱਪਰ ਮੈਂ ਉਸ ਨੂੰ ਮਾਰਕ ਨਹੀਂ ਕੀਤਾ। ਪਹਿਲਾ ਪੈਰਾ ਜਿਹੜਾ ਹੈ ਉਹ PPAs ਦਾ ਹੈ। ਇਹ ਸਿਰਫ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਪਾਰਟੀ ਸੱਤਾ ਤੋਂ ਬਾਹਰ ਬਹੁਤ ਰੌਲਾ ਪਾਉਂਦੀ ਸੀ ਕਿ ਅਕਾਲੀਆਂ ਨੇ ਪੰਜਾਬ ਦੀ ਬਿਜਲੀ ਵੇਚ ਦਿੱਤੀ, ਮਹਿੰਗੀ ਕਰ ਦਿੱਤੀ, ਇਹਨਾਂ ਨੇ ਉਹ ਵੀ ਮੇਰਾ ਬਿੱਲ ਰੱਦ ਕਰ ਦਿੱਤਾ। ਚਲੋ ਉਸ ਬਿੱਲ ਦਾ ਮੈਨੂੰ ਕੋਈ ਇਤਰਾਜ਼ ਨੀਗਾ, ਲੇਕਿਨ ਜਿਹੜਾ ਇਹ ਪੰਜਾਬ ਦਾ ਇੱਕ ਇੰਪੋਰਟੈਂਟ ਬਿੱਲ ਹੈ, ਤੁਸੀਂ ਇਹਨੂੰ ਠੰਡੇ ਬਸਤੇ 'ਚ ਮਤ ਪਾਓ ਔਰ ਇਹ ਕਾਨੂੰਨ ਪੰਜਾਬ ਦੀ ਵਿਧਾਨ ਸਭਾ 'ਚ ਇੰਟਰੋਡਿਊਸ ਕਰੋ, ਬਹਿਸ ਕਰਾਓ। ਅਗਰ ਨਹੀਂ ਪਾਸ ਹੋਵੇਗਾ ਤਾਂ ਮੈਂ ਵੀ ਇਸ ਮੰਗ ਨੂੰ ਜਿਹੜਾ ਹੈ ਉਹਦੇ 'ਤੇ ਰੀਕਨਸਿਡਰ ਕਰ ਲੂੰਗਾ। ਇੱਕ ਵਾਰ ਫਿਰ ਮੈਂ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ, ਵਿਸ਼ਵ 'ਚ ਬੈਠੇ ਪੰਜਾਬੀਆਂ ਨੂੰ ਇਹ ਅਪੀਲ ਕਰੂੰਗਾ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਜਾ ਕੇ ਇਸ ਬੜੇ ਇੰਪੋਰਟੈਂਟ ਵਾਈਟਲ ਲੈਜਿਸਲੇਸ਼ਨ ਦੀ ਸਪੋਰਟ ਕਰੋ, ਤਾਂ ਕਿ ਪੰਜਾਬ ਜਿਹੜਾ ਇਹ ਕਾਨੂੰਨ ਬਣਾ ਕੇ ਅਤੇ ਗੈਰ ਪੰਜਾਬੀਆਂ ਦੀ ਜਿਹੜੀ ਰੈਂਡਮ ਐਂਟਰੀ ਆ ਉਹ ਬੰਦ ਕੀਤੀ ਜਾ ਸਕੇ। ਸਾਡੇ ਵੱਲੋਂ ਜਿਹੜੇ
ਹਾੜੀ ਸੋਣੀ ਦੇ ਫਸਲਾਂ 'ਤੇ ਮਿਹਨਤ ਕਰਦੇ ਨੇ ਉਹ ਜੀ ਸਰ ਕੇ ਪੰਜਾਬ 'ਚ ਆਉਣ, ਮਿਹਨਤ ਕਰਨ, ਪੈਸੇ ਕਮਾਉਣ, ਆਪਣੇ ਪਰਿਵਾਰਾਂ ਨੂੰ ਪਾਲਣ। ਔਰ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਅਸੀਂ ਕੰਪਲੀਟ ਬੈਨ ਚਾਹੁੰਦੇ, ਅਸੀਂ ਕਹਿੰਦੇ ਕਿ ਸਿਰਫ ਇੱਕ ਲੋਅ ਬਣਾ ਦਿਓ ਜਿਹੜਾ ਵੀ ਉਹ ਸ਼ਰਤਾਂ ਪੂਰੀਆਂ ਕਰਕੇ ਆਵੇ ਉਹ ਜੀ ਸਰ ਕੇ ਪੰਜਾਬ ਦੇ ਵਿੱਚ, ਚਾਹੇ ਇੰਡਸਟਰੀ ਲਾਵੇ, ਚਾਹੇ ਵੋਟਰ ਬਣੇ, ਚਾਹੇ ਮਾਲਕ ਬਣੇ, ਚਾਹੇ ਸਰਕਾਰੀ ਨੌਕਰੀ ਲਵੇ, ਸਾਨੂੰ ਕੋਈ ਇਤਰਾਜ਼ ਨਹੀਂਗਾ। ਪਰ ਬਿਨਾਂ ਸ਼ਰਤ ਤੋਂ ਜਿਹੜੇ ਲੋਕ ਆ ਰਹੇ ਨੇ, ਔਰ ਜਿਹੜਾ ਇਹ ਕਹਿੰਦੇ ਆਪਣੇ ਕੁਛ ਲੋਕ ਕਿ ਜੀ ਕੈਨੇਡਾ ਨੇ ਵੀ ਤਾਂ ਲੋਕਾਂ ਨੂੰ ਦਿੱਤਾ ਇਜਾਜ਼ਤ ਦਿੱਤੀ, ਪਹਿਲੀ ਗੱਲ ਤਾਂ ਸ਼ਰਤਾਂ ਦੇ ਨਾਲ ਕੀਤੀ, ਕਾਨੂੰਨ ਬਣਾ ਕੇ ਕੀਤੀ ਹੈ। ਦੂਸਰਾ ਕਿ ਕੈਨੇਡਾ ਦੀ ਓਰੀਜਨਲ ਪਾਪੂਲੇਸ਼ਨ ਨਹੀਂ ਸ਼ਿਫਟ ਹੋ ਰਹੀ, ਉਹ ਜਿੰਨੇ ਵੀ ਸੀਗੇ ਉਹਨਾਂ ਦਾ ਰਕਬਾ ਤੁਹਾਨੂੰ ਪਤਾ ਕਿ ਇੰਡੀਆ ਨਾਲੋਂ 2-3 ਗੁਣਾ ਵੱਡਾ ਵਾ। ਉਹਨਾਂ ਨੂੰ ਮੈਨ ਪਾਵਰ ਅਤੇ ਹਿਊਮਨ ਰਿਸੋਰਸ ਦੀ ਲੋੜ ਸੀ, ਰਕਬਾ ਬਹੁਤ ਜ਼ਿਆਦਾ ਸੀ, ਉਹਨਾਂ ਨੇ ਜਿੰਨੇ ਚਾਹੀਦੇ ਸੀ ਉਹ ਲੈ ਲੈਂਦੇ ਨੇ। ਬਾਅਦ 'ਚ ਉਹਨਾਂ ਨੇ ਹੁਣ ਵੀ ਬੰਦ ਕਰਤਾ ਕਿ ਜਿਹੜਾ ਸਟੂਡੈਂਟ ਵੀਜ਼ਾ ਅਸੀਂ 35-40% ਉੱਤੇ ਕਟੌਤੀ ਲਾ ਰਹੇ ਹਾਂ। ਸੋ ਹਰ ਦੇਸ਼ ਆਪਣੀ ਜ਼ੁਬਾਨ, ਆਪਣੀ ਪਹਿਚਾਣ ਔਰ ਆਪਣੇ ਸੱਭਿਆਚਾਰ ਨੂੰ ਬਚਾਉਂਦਾ, ਅਤੇ ਪੰਜਾਬ ਕਿਉਂ ਨਹੀਂ ਬਚਾ ਰਿਹਾ ਮੇਰੀ ਸਮਝ ਤੋਂ ਬਾਹਰ ਆ। ਆਪਣੇ ਆਪਣੇ ਰਿਸਪੈਕਟਿਵ MLAs ਅਤੇ MPs ਦੇ ਉੱਤੇ ਪ੍ਰੈਸ਼ਰ ਪਾਓ, ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਪ੍ਰੈਸ਼ਰ ਪਾਓ ਕਿ ਇਹ ਜਿਹੜਾ ਕਾਨੂੰਨ ਇੰਟਰੋਡਿਊਸ ਕੀਤਾ ਜਾਵੇ ਤਾਂ ਕਿ ਪੰਜਾਬ ਨੂੰ ਅਸੀਂ ਉਹਦੀ ਆਬਾਦੀ ਦਾ ਸੰਤੁਲਨ, ਉਹਦੀ ਜ਼ੁਬਾਨ ਔਰ ਉਹਦਾ ਪਹਿਰਾਵਾ ਔਰ ਉਹਦਾ ਸੱਭਿਆਚਾਰ ਜਿਹੜਾ ਬਚਾ ਸਕੇ।